ਉਹ ਕੌਣ ਹੈ ਜਿਸ ਨੇ ਅੰਮ੍ਰਿਤ ਦਾ ਛੱਕਿਆ ਪਰ ਦਿਖਾਵੇ ਦੇ ਥੱਲੇ ਹੋਣ ਦੇ ਨਾਲ ਨਾਲ ਕੀ ਕੁਝ ਕਰ ਰਿਹਾ ਹੈ ਸਲਕੀ ਭਰੇ ਸ਼ਬਦਾਂ ਦੇ ਨਾਲ ਵੀਡੀਓ ਪਾਈਆਂ ਜਾਂਦੀਆਂ ਨੇ ਬੱਸਾਂ ਦੇ ਉੱਤੇ ਹਸਪਤਾਲਾਂ ਦੇ ਵਿੱਚ ਸ਼ਰਿਆਂ ਵੜ ਕੇ ਇਸ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਕਰਦਾ ਵਿਕੀ ਥਾਮਸ ਕਿਹਦਾ ਚੀਰਾ ਬਣ ਗਿਆ ਜਿਹੜਾ ਧਿਆਨ ਆਪਣੇ ਵੱਲ ਖਿੱਚਣਾ ਚਾਹੁੰਦਾ ਹੈ ਸੰਦੀ ਮੈਨੂੰ ਲੱਗਦਾ ਇਹ ਭਟਕਦੀਆਂ ਹੋਈਆਂ ਰੂਹਾਨੀ ਇਹਨਾਂ ਦਾ ਕੋਈ ਆਪਣਾ ਵਿਜ਼ਨ ਹੈ ਨਹੀਂ ਆ ਸੱਚੀ ਗੱਲ ਹੈ ਕਿ ਤੁਹਾਨੂੰ ਧਰਮ ਛੱਡ ਕੇ ਤੁਸੀਂ ਸਿੱਖ ਧਰਮ ਨੂੰ ਅਪਣਾ ਲਿਆ ਜਿਵੇਂ ਤੁਸੀਂ ਬੁਰਸ਼ਾਗਰਦੀ ਕਰ ਰਹੇ ਹੋ ਸਿੱਖੀ ਦੇ ਵਿੱਚ ਕਦੀ ਵੀ ਨਾ ਸਿੱਖੀ ਦਾ ਫਲਸਫਾ ਨਾ ਸਦਾਤ ਹੈ ਨਾ ਸੰਕਲਪਾ ਸਿੱਖੀ ਇਹ ਨਹੀਂ ਸਿਖਾਉਂਦੀ ਜੋ ਇਹ ਗੱਲਾਂ ਕਰ ਰਹੇ ਨੇ ਵਿਕੀ ਥੋਮਸ ਹੋਣੀ ਕਿ ਉਹ ਨਵਾਂ ਕਨਸੈਪਟ ਹਨ ਨਵੇਂ ਚਿਹਰੇ ਆ ਰਹੇ ਨੇ ਅੱਜ ਕੱਲ ਨਵਾਂ ਇੱਕ ਫੈਸ਼ਨ ਚੱਲ ਗਿਆ ਨਾਲ ਹੀ ਟੀਵੀ ਵਾਲੇ ਲੈ ਕੇ ਚੱਲਦੇ ਨੇ ਤੁਹਾਡਾ ਟੀਵੀ ਤੋਂ ਬਗੈਰ ਸੋਸ਼ਲ ਮੀਡੀਆ ਤੋਂ ਬਗੈਰ ਗੁਜ਼ਾਰਾ ਨਹੀਂ ਆ ਇਹਨਾਂ ਨੇ ਕੰਮ ਕਰਨਾ ਹੁੰਦਾ ਉਹਨਾਂ ਨੂੰ ਟੀਵੀ ਦੀ ਲੋੜ ਨਹੀਂ ਹੁੰਦੀ ਉਹਨਾਂ ਨੂੰ ਸੋਸ਼ਲ ਮੀਡੀਆ ਦੀ ਲੋੜ ਹੁੰਦੀ ਕਦੇ ਬੱਸਾਂ ਦੇ ਉੱਤੋਂ ਤਸਵੀਰਾਂ ਲਾਉਣ ਦੀ ਗੱਲ ਕਦੇ ਕਿ ਭੰਨ ਤੋੜ ਦੇਾਂਗੇ ਜੇ ਕਿਰਾਇਆ ਨਾ ਹੋਇਆ ਉਹ ਨਾ ਹੋਇਆ ਇਹ ਸਾਰੀਆਂ ਤਸਵੀਰਾਂ ਉਹਨੂੰ ਹੋਰ ਸ਼ੱਕ ਦੇ ਘੇਰੇ ਵੱਲ ਧੱਕ ਰਹੀਆਂ ਨੇ ਇਸ ਨੂੰ ਕਿਵੇਂ ਵੇਖਿਆ ਜਾਵੇ ਕਿਸੇ ਵੀ ਆ ਮੈਂ ਗੁਰੂ ਸਾਹਿਬ ਦੀ ਫੋਟੋ ਲਾਵਾਂ ਜਾਂ ਖੰਡਾ ਲਾਵਾਂ ਕਿਸੇ ਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ ਹੈ ਇਹਦੀ ਹੈ ਨਾ ਪਰ ਇਹਨਾਂ ਲੋਕਾਂ ਨੂੰ ਤਕਲੀਫ ਹੋ ਰਹੀ ਹੈ ਇਹਨਾਂ ਲੋਕਾਂ ਨੂੰ ਤਕਲੀਫ ਹੋ ਰਹੀ ਹੈ ਇਹਦਾ ਮਤਲਬ ਹੁੰਦਾ ਕਿ ਤੁਸੀਂ ਖੋਖਲੇ ਹੋ ਤੁਹਾਡੇ ਪੱਲੇ ਕੁਝ ਨਹੀਂ ਹੈਗਾ ਮਤਲਬ ਇਹਨਾਂ ਦਾ ਰੋਜ ਹੈ ਕਿ ਅੱਜ ਕੋਈ ਆ ਪੰਗਾ ਪਾਉਣਾ ਵਾ ਤੇ ਅੱਜ ਕੀ ਖਟਣਾ ਇਹ ਇਹਨਾਂ ਦੀ ਕਮਾਈ ਇਹ ਆ ਅਮਰ ਗਪਾਲ ਉਹਨਾਂ ਨੇ ਅਮਰਤ ਸੰਚਾਰ ਜਿਹੜੀ ਮੈਮ ਸ਼ੁਰੂ ਕੀਤੀ ਲੋਕਾਂ ਨੇ ਸਵਾਗਤ ਕੀਤਾ ਲੇਕਿਨ ਜਦੋਂ ਉਹਦੇ ਬੰਦਿਆਂ ਨੇ ਬੁਰਸ਼ਾਗਰਦੀ ਦਿਖਾਈ ਗੁੱਤ ਬਾਰੇ ਚ ਕੁਰਸੀਆਂ ਭੰਨ ਦੇਣੀਆਂ ਸੈਟੀਆਂ ਨੂੰ ਅੱਗ ਲਾ ਦੇਣੀ ਹੈਗੀ ਵੀਡੀਓ ਬਜ਼ੁਰਗਔਰਤਾਂ ਦੀ ਹੈ ਨਾ ਕਿ ਬਾਅਦ ਵਿੱਚ ਵੀਡੀਓ ਮਿਕਸ ਕਰਕੇ ਬਣਾਈਆਂ ਤੁਸੀਂ ਆਪਣੇ ਦਾਦੀਆਂ ਦੀ ਉਮਰ ਦੇ ਨਾਲ ਤੁਸੀਂ ਉਹਨਾਂ ਨੂੰ ਜਲੀਲ ਕਰਦੇ ਰਹੇ ਨਕਲੀ ਵੀਡੀਓ ਬਣਾ ਕੇ ਉਹਦੀ ਵੀਡੀਓ ਨੂੰ ਛੇੜਖਾਨੀ ਕਰਕੇ ਤੁਸੀਂ ਸਿੱਖੀ ਇਹ ਕਹਿੰਦੀ ਹੈਗੀ ਹੈ ਸ਼ਰਮ ਨਾਲ ਡੁੱਬ ਜਾਣਾ ਚਾਹੀਦਾ ਜਿਹੜੇ ਵੀ ਲੋਕਾਂ ਨੇ ਇਹ ਕੰਮ ਕੀਤਾ ਹੈ ਨਾ ਪੰਜਾਬੀਆਂ ਦੀਆਂ ਸਿੱਖਾਂ ਦੀ ਬਹੁਤ ਵੱਡੀ ਕਮਜ਼ੋਰੀ ਆ ਜੇ ਕੋਈ ਪੰਜਾਬੀ ਦੀ ਗੱਲ ਕਰਦਾ ਜੋ ਸਿੱਖੀ ਦੀ ਗੱਲ ਕਰਦਾ ਹੈ ਉਹ ਆਪਣੇ ਦਿਲ ਤੇ ਲਟਾ ਲੈਣੇ ਹੈਗੇ ਭਾਵੇਂ ਸੱਪ ਨੂੰ ਸਾਡੇ ਛਾਤੀ ਤੇ ਖੇੜੇ ਇਹ ਵਿਕੀ ਥੋਮਸ ਵੀ ਹੋਈਆ ਪਹਿਲਾਂ ਜੋ ਸ਼ੁਰੂਆਤੀ ਦੌਰ ਤੇ ਕੰਮ ਕੀਤਾ ਹੈਗਾ ਲੋਕਣ ਕਹਿੰਦੇ ਯਾਰ ਵਿਕੀ ਥੋਮਸ ਵਰਗਾ ਬੰਦਾ ਹੀ ਬੜਾਗਾ ਇਹ ਇੱਕ ਜਲੰਧਰ ਦਾ ਇਸਾਈ ਵੱਡਾ ਪਾਦਰੀ ਸੀ ਉਤੇ ਰੇਪ ਦੇ ਚਾਰਜ ਲੱਗੇ ਕਦੀ ਵਿਕੀ ਥੋਮਸ ਬੋਲਿਆਗਾ ਕਿ ਇਹਦਾ ਇਹ ਗਲਤ ਮਤਲਬ ਕੱਢ ਰਹੇ ਤੇ ਨਜਾਇਜ਼ ਪੈਦਾ ਚੱਕਣ ਦੀ ਕੋਸ਼ਿਸ਼ ਕਰ ਰਹੇ ਨੇ ਪ੍ਰੋਗਰਾਮ 16 ਨੇ 7 ਵਜੇ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂਕਾ ਗੱਲ ਕਰਾਂਗੇ ਇੱਕ ਪੰਜਾਬ ਦੇ ਜੁੜੇ ਸਿਆਸਤਦਾਨ ਦੇ ਨਾਲ ਚਾਹੇ ਜੇਲ੍ਹ ਚ ਨਵਜੋਤ ਸਿੰਘ ਸਿੱਧੂ ਪਰ ਮਿਲਨੀਆਂ ਸ਼ੁਰੂ ਹੋ ਗਈਆਂ ਨੇ ਪੁਰਾਣੇ ਕਾਂਗਰਸੀ ਲੀਡਰ ਨੇ ਜਿਹੜੇ ਉਹ ਸਰਗਰਮੀਆਂ ਦਿਖਾਉਣ ਲੱਗੇ ਨੇ ਮੁਲਾਕਾਤਾਂ ਹੋ ਰਹੀਆਂ ਨੇ ਔਰ 26 ਜਨਵਰੀ ਤੋਂ ਪਹਿਲਾਂ ਪਹਿਲਾਂ ਕੀ ਕੁਝ ਹੁੰਦਾ ਜਾਂ ਬਾਅਦ ਚ ਕੀ ਹੁੰਦਾ ਇਹ ਵੀ ਦੇਖਣ ਵਾਲੀ ਗੱਲ ਹੈ ਪਰ ਇੱਕ ਮਸਲਾ ਹੋਰ ਬੜਾ ਗੰਭੀਰ ਹੈ ਪੰਜਾਬ ਦੇ ਵਿੱਚ ਤਲਖੀ ਭਰੇ ਸ਼ਬਦਾਂ ਦੇ ਨਾਲ ਵੀਡੀਓ ਪਾਈਆਂ ਜਾਂਦੀਆਂ ਨੇ ਉਹ ਕੌਣ ਹੈ ਜਿਸ ਨੇ ਅੰਮ੍ਰਿਤ ਦਾ ਸ਼ੱਕਿਆ ਪਰ ਅੰਮ੍ਰਿਤ ਧਾਰੀ ਦੇ ਦਖਾਵੇ ਦੇ ਥੱਲੇ ਹੋਣ ਦੇ ਨਾਲ-ਨਾਲ ਕੀ ਕੁਝ ਕਰ ਰਿਹਾ ਹੈ ਬਿਆਨਬਾਜ਼ੀ ਐਸੀ ਕਰ ਰਿਹਾ ਕਿ ਜਿਸ ਦੇ ਨਾਲ ਭੜਕਾਉ ਹੋ ਜਾਂਦੀਆਂ ਨੇ ਚੀਜ਼ਾਂ ਉਸ ਦੇ ਉੱਤੇ ਪਰਚਾ ਵੀ ਦਰਜ ਹੋ ਜਾਂਦਾ ਔਰ ਇਹ ਸਾਰੀਆਂ ਗੱਲਾਂ ਚੱਲ ਰਹੀਆਂ ਨੇ ਔਰ ਬੱਸਾਂ ਦੇ ਉੱਤੇ ਹਸਪਤਾਲਾਂ ਦੇ ਵਿੱਚ ਸ਼ਰਿਆਂ ਵੜ ਕੇ ਇਸ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਕਰਦਾ ਵਿਕੀ ਥਾਮਸ ਔਰ ਉਸ ਬਾਰੇ ਕੀ ਚਰਚਾ ਨੇ ਲੋਕ ਸ਼ੱਕ ਦੀ ਨਜ਼ਰ ਨਾਲ ਕਿਉਂ ਵੇਖ ਰਹੇ ਨੇ ਸਾਰੀਆਂ ਗੱਲਾਂ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਨੇ ਪੋਲਰ ਸਾਹਿਬ ਸਭ ਤੋਂ ਪਹਿਲਾਂ ਆਪਾਂ ਆਉਣੇ ਆ ਨਵਜੋਤ ਸਿੰਘ ਸਿੱਧੂ ਤੋਂ ਪਹਿਲਾਂ ਇਹ ਗੱਲ ਦੀ ਚਰਚਾ ਕਰੀਏ ਕਿ ਜਿਵੇਂ ਅਮਰਿਤਪਾਲ ਸਿੰਘ ਨੇ ਬਿਆਨ ਦਿੱਤੇ ਜਾਂ ਇੱਕਦਮ ਜਿਸ ਤਰੀਕੇ ਦੇ ਨਾਲ ਲਾਈਮਲਾਈਟ ਮਿਲੀ ਉਸ ਤੋਂ ਬਾਅਦ ਵਿੱਕੀ ਥਾਮਸ ਦਾ ਹੁਣ ਨਾਮ ਆਇਆ ਇੱਕ ਐਸਾ ਚਿਹਰਾ ਬਣ ਗਿਆ ਜਿਹੜਾ ਧਿਆਨ ਆਪਣੇ ਵੱਲ ਖਿੱਚਣਾ ਚਾਹੁੰਦਾ ਹੈ ਉਹ ਗਤੀਵਿਧੀ ਕੁਝ ਵੀ ਕਰੇ ਇਸ ਦੇ ਕਾਰਨ ਕੀ ਮੰਨੇ ਜਾਣ ਸੰਦੀਪ ਮੈਨੂੰ ਲੱਗਦਾ ਇਹ ਭਟਕਦੀਆਂ ਹੋਈਆਂ ਰੂਹਾਂ ਨੇ ਔਰ ਇਹਨਾਂ ਦਾ ਕੋਈ ਮੰਜ਼ਲ ਹੈ ਨਹੀਂ ਜਾਂ ਮੰਜ਼ਲ ਇਹਨਾਂ ਦੀ ਇਹ ਹੀ ਹੈ ਕਿ ਬਾਰੋਂ ਕੋਈ ਨਾ ਕੋਈ ਲੋਕ ਕਿਉਂਕਿ ਬਾਹਰ ਜਿਹੜੇ ਸਾਡੇ ਲੋਕ ਬੈਠੇ ਨੇ ਪੰਜਾਬੀ ਭਾਈਚਾਰਾ ਜਾਂ ਸਿੱਖ ਭਾਈਚਾਰਾ ਉਹਨਾਂ ਦਾ ਇੱਥੋਂ ਤੱਕ ਹੁੰਦਾ ਜਾਂ ਉਹ ਪੰਜਾਬ ਦੀ ਡਿਵੈਲਪਮੈਂਟ ਉਹ ਚਾਹੁੰਦੇ ਕਿ ਜਿਵੇਂ ਕੈਨੇਡਾ ਵਗੈਰਾ ਉਦਾਂ ਪੰਜਾਬ ਤੇ ਖੁੱਲੇ ਪੈਸੇ ਦਿੰਦੇ ਨੇ ਇੱਕ ਜਿਹੜੇ ਗਰਮਖਿਆਲੀ ਲੋਕ ਗੱਲਾਂ ਕਰਦੇ ਉਹਨਾਂ ਨੂੰ ਡਾਲਰ ਭੇਜਦੇ ਨੇ ਹਨਾ ਤੇ ਇਹ ਇਹਨਾਂ ਦੇ ਇਹ ਹੋ ਆ ਵਿੱਕੀ ਥੋਮਸ ਹੋਣੀ ਜਾਂ ਹੋਰ ਲੋਕ ਲਾ ਲੋ ਇਹਨਾਂ ਦਾ ਕੋਈ ਆਪਣਾ ਵਿਜ਼ਨ ਹੈ ਨਹੀਂ ਆ ਔਰ ਤੁਸੀਂ ਸਿੱਖੀ ਇਹ ਨਹੀਂ ਸिखਾਂਦੀ ਜੋ ਇਹ ਗੱਲਾਂ ਕਰ ਰਹੇ ਨੇ ਵਿਕੀ ਥੋਮਸ ਹੋਣੀ ਨਹੀਂ ਕਰਦੇ ਤੁਸੀਂ ਵਿਕੀ ਥੋਮਸ ਤੁਸੀਂ ਪਹਿਲਾਂ ਅਸਾਈ ਭਾਈਚਾਰੇ ਚ ਤਲਕ ਰੱਖਦੇ ਚਲੋ ਚੰਗੀ ਗੱਲ ਹੈ ਕਿ ਤੁਹਾਨੂੰ ਧਰਮ ਛੱਡ ਕੇ ਤੁਸੀਂ ਸਿੱਖ ਧਰਮ ਨੂੰ ਅਪਣਾ ਲਿਆ ਪਰ ਸਿੱਖੀ ਅੰਮ੍ਰਿਤ ਛਕਣ ਦੇ ਨਾਲ ਗਾਤਰਾ ਪਾਉਣ ਦੇ ਨਾਲ ਤੁਸੀਂ ਸਿੱਖ ਨਹੀਂ ਬਣ ਜਾਂਦੇ ਸਿੱਖ ਇੱਕ ਸੋਚ ਆ ਇੱਕ ਵਿਚਾਰ ਇੱਕ ਥੌਟ ਆ ਔਰ ਜਿਵੇਂ ਤੁਸੀਂ ਬੁਰਸ਼ਾਗਰਦੀ ਕਰਿਓ ਸਿੱਖੀ ਦੇ ਵਿੱਚ ਕਦੀ ਵੀ ਨਾ ਸਿੱਖੀ ਦਾ ਫਲਸਫਾ ਨਾ ਸਿਧਾਂਤ ਆ ਨਾ ਸੰਕਲਪਾ ਸਾਡੇ ਦਾ ਹਮੇਸ਼ਾ ਗੁਰੂ ਸਾਹਿਬ ਸਾਨੂੰ ਸੰਵਾਦ ਕਹਿ ਕੇ ਗਏ ਨੇ ਕਿ ਸੰਵਾਦ ਰਚੋ ਅਸੀਂ ਬਾਬੇ ਨਾਨਕ ਤੋਂ ਮੁੱਢ ਮੰਨਦੇ ਆ ਬਾਬੇ ਨਾਨਕ ਨੇ ਦੇ ਹਮੇਸ਼ਾ ਜਿਨ੍ਹਾਂ ਦੇ ਨਾਲ ਵੀ ਉਹਨਾਂ ਨੇ ਗੱਲ ਕੀਤੀ ਚਾਹੇ ਬਟ ਅਚਲ ਜਿਹੜਾ ਗੁਰਦੁਆਰਾ ਸਾਹਿਬ ਬਟਾਲੇ ਉਥੇ ਜੋਗੀਆਂ ਦੇ ਨਾਲ ਹਰਦوار ਪੰਡਤਾਂ ਦੇ ਨਾਲ ਮੱਕੇ ਮਦੀਨੇ ਜਾ ਕੇ ਮੁਸਲਮਾਨ ਭਾਈਚਾਰੇ ਦੇ ਨਾਲ ਉਹਨਾਂ ਨੇ ਸੰਵਾਦ ਹੀ ਰਚਿਆਗਾ ਉਹਨਾਂ ਨੇ ਤਰਕ ਦਿੱਤਾ ਪਰ ਇਹ ਜੋ ਨਵਾਂ ਕਨਸੈਪਟ ਨਵੇਂ ਚਿਹਰੇ ਆ ਰਹੇ ਨੇ ਮੈਨੂੰ ਲੱਗਦਾ ਕਿ ਉਹ ਨਵੇਂ ਚਿਹਰੇ ਐ ਬਸ ਇਹ ਐ ਕਿ ਇੱਕ ਸੋਸ਼ਲ ਮੀਡੀਆ ਅੱਜਕੱਲ ਨਵਾਂ ਇੱਕ ਫੈਸ਼ਨ ਚੱਲ ਗਿਆ ਜੇ ਤੁਸੀਂ ਕੌਮ ਦੀ ਸੇਵਾ ਕਰਨੀ ਆ ਦੇਸ਼ ਦੀ ਸੇਵਾ ਕਰਨੀ ਆ ਤੁਹਾਨੂੰ ਨਾਲ ਮੋਬਾਈਲ ਨਹੀਂ ਚਾਹੀਦੇ ਤੁਹਾਨੂੰ ਨਾਲ ਟੀਵੀ ਵਾਲੇ ਨਹੀਂ ਚਾਹੀਦੇ ਤੁਸੀਂ ਤੇ ਇੱਕ ਕਹਿ ਸਕਦੇ ਨਾ ਨਾਲ ਹੀ ਟੀਵੀ ਵਾਲੇ ਲੈ ਕੇ ਚੱਲਦੇ ਨੇ ਉਹ ਇਹਨਾਂ ਦਾ ਹਾਲਾਤ ਹਾਲਾਤ ਨੇ ਦੋਨੇ ਜਾਣਿਆ ਦੇ ਕਿ ਤੁਹਾਡਾ ਟੀਵੀ ਤੋਂ ਬਗੈਰ ਸੋਸ਼ਲ ਮੀਡੀਆ ਤੋਂ ਬਗੈਰ ਗੁਜ਼ਾਰਾ ਨਹੀਂ ਆ ਜਿਹੜਾ ਨੇ ਕੰਮ ਕਰਨਾ ਹੁੰਦਾ ਉਹਨਾਂ ਨੂੰ ਟੀਵੀ ਦੀ ਲੋੜ ਨਹੀਂ ਹੁੰਦੀ ਉਹਨਾਂ ਨੂੰ ਸੋਸ਼ਲ ਮੀਡੀਆ ਦੀ ਲੋੜ ਹੁੰਦੀ ਇਹ ਤੇ ਅੱਗੇ-ਅੱਗੇ ਚੱਲਦੇ ਨੇ ਤਿੰਨ-ਚਾਰ ਮੋਬਾਈਲ ਵਾਲੇ ਲੱਗੇ ਹੁੰਦੇ ਤਿੰਨ-ਚਾਰ ਪਿੱਛੇ ਹੁੰਦੇ ਨਾ ਤੇ ਮੈਨੂੰ ਲੱਗਦਾ ਕਿ ਭਟਕੀਆਂ ਰੂਹਾਂ ਹਨ ਇਹ ਜਿਨ੍ਹਾਂ ਦਾ ਨਾ ਪੰਜਾਬ ਦੇ ਨਾਲ ਨਾ ਸਿੱਖੀ ਨਾਲ ਤੇ ਨਾ ਸਿੱਖ ਦੇ ਨਾਲ ਤੇ ਨਾਲ ਨਾ ਸਿੰਘ ਦੇ ਨਾਲ ਕੋਈ ਵਾਅ ਵਾਸਤਾ ਨਹੀਂ ਆ ਔਰ ਵਿੱਕੀ ਥਾਮਸ ਦੀਆਂ ਗਤੀਵਿਧੀਆਂ ਕਾਰਵਾਈਆਂ ਕਦੇ ਬੱਸਾਂ ਦੇ ਉੱਤੋਂ ਤਸਵੀਰਾਂ ਲਾਉਣ ਦੀ ਗੱਲ ਕਦੇ ਕਿ ਭੰਨ ਤੋੜ ਦੇਾਂਗੇ ਜੇ ਕਿਰਾਇਆ ਨਾ ਹੋਇਆ ਉਹ ਨਾ ਹੋਇਆ ਔਰ ਇਸ ਦੇ ਨਾਲ ਨਾਲ ਹੀ ਇੱਕ ਹਸਪਤਾਲ ਸਰਕਾਰੀ ਦੇ ਵਿੱਚ ਵੜ ਕੇ ਜਿਸ ਤਰ੍ਹਾਂ ਦੀ ਗੁੰਡਾਗਰਦੀ ਕੀਤੀ ਗਈ ਇਹ ਸਾਰੀਆਂ ਤਸਵੀਰਾਂ ਉਹਨੂੰ ਹੋਰ ਸ਼ੱਕ ਦੇ ਕਿਤੇ ਘੇਰੇ ਵੱਲ ਧੱਕ ਰਹੀਆਂ ਨੇ ਇਸ ਨੂੰ ਕਿਵੇਂ ਵੇਖਿਆ ਜਾਵੇ ਤਾਂ ਕਿ ਇਹ ਜਿਹੜੇ ਲੋਕ ਨੇ ਬੇਰੂਪੀਆ ਕਿਸਮ ਦੇ ਲੋਕ ਨੇ ਤੁਸੀਂ ਅਗਰ ਮਰਿਆਦਾ ਦੇ ਵਿੱਚ ਰਹਿ ਕੇ ਗੱਲ ਕਰਦੇ ਹੋ ਰਹਿਤ ਮਰਿਆਦਾ ਦੇ ਵਿੱਚ ਰਹਿ ਕੇ ਗੱਲ ਕਰਦੇ ਤੁਸੀਂ ਸਾਰਿਆਂ ਨੂੰ ਨਾਲ ਲੈ ਕੇ ਰੱਖਣ ਦੀ ਤੁਸੀਂ ਤੁਹਾਡੇ ਚ ਅਗਰ ਯੋਗਤਾ ਆ ਗਈ ਤੇ ਤੁਹਾਨੂੰ ਬੁਰਸ਼ਾਗਰਦੀ ਦੇ ਲੋੜ ਨਹੀਂ ਆ ਇਹ ਮੇਰਾ ਅਕੀਦਾ ਕਿ ਮੈਂ ਆਪਣੇ ਘਰ ਮੈਂ ਆਪਣੇ ਜਿੱਥੇ ਵੀ ਆ ਮੈਂ ਗੁਰੂ ਸਾਹਿਬ ਦੀ ਫੋਟੋ ਲਾਵਾਂ ਜਾਂ ਖੰਡਾ ਲਾਵਾਂ ਕਿਸੇ ਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ ਹੈਗੀ ਹੈ ਨਾ ਪਰ ਇਹਨਾਂ ਲੋਕਾਂ ਨੂੰ ਤਕਲੀਫ ਹੋ ਰਹੀ ਹੈ ਜੇ ਇਹਨਾਂ ਲੋਕਾਂ ਨੂੰ ਤਕਲੀਫ ਹੋ ਰਹੀ ਹੈ ਇਹਦਾ ਮਤਲਬ ਹੁੰਦਾ ਹੈ ਕਿ ਤੁਸੀਂ ਖੋਖਲੇ ਹੋ ਤੁਹਾਡੇ ਪੱਲੇ ਕੁਝ ਨਹੀਂ ਹੈਗਾ ਤੁਸੀਂ ਛੋਟੀ ਸੋਚ ਦੇ ਮਾਲਕ ਹੋ ਠੀਕ ਹੈ ਤੁਹਾਡਾ ਕੋਈ ਵੱਡਾ ਦਿਲ ਨਹੀਂ ਵੱਡੀ ਸੋਚ ਨਹੀਂ ਵੱਡਾ ਵਿਜ਼ਨ ਨਹੀਂ ਆ ਤੁਸੀਂ ਮਤਲਬ ਇਹਨਾਂ ਦਾ ਰੋਜ ਹੈ ਕਿ ਅੱਜ ਕੋਈ ਆ ਪੰਗਾ ਪਾਉਣਾ ਵਾ ਤੇ ਅੱਜ ਕੀ ਖੱਟਣਾ ਇਹ ਇਹਨਾਂ ਦੀ ਕਮਾਈ ਇਹ ਆ ਕਿ ਰੋਜ ਨਵਾਂ ਪੰਗਾ ਬਖੇੜਾ ਬਖੇੜਾ ਸ਼ੁਰੂ ਕਰੋ ਤੇ ਉਹਦੇ 'ਚ ਖੱਟੋ ਠੀਕ ਹੈ ਇਹ ਉਹ ਲੋਕ ਲੱਗੇ ਹੋਏ ਨੇ ਔਰ ਜਿੱਥੋਂ ਤੱਕ ਆ ਕਿ ਇਹ ਵਿਕੀ ਥੋਮਸ ਹੁੰਦੇ ਕੌਣ ਨੇ ਕਿ ਜਾ ਕੇ ਬੱਸਾਂ 'ਚੋਂ ਖੰਡੇ ਤਾਰਨੇ ਆ ਗਏ ਹਰ ਇੱਕ ਦੀ ਸ਼ਰਧਾ ਅਕੀਦਾ ਠੀਕ ਹੈ ਇਹੋ ਅਮਰਤਪਾਲ ਹੁਣੀ ਗੱਲਾਂ ਕਰਦੇ ਸੀ ਅਮਰਿਤਪਾਲ ਉਹਨਾਂ ਨੇ ਅਮਰਿਤ ਸੰਚਾਰ ਜਿਹੜੀ ਮੈਮ ਸ਼ੁਰੂ ਕੀਤੀ ਲੋਕਾਂ ਨੇ ਸਵਾਗਤ ਕੀਤਾ ਲੇਕਿਨ ਜਦੋਂ ਉਹਦੇ ਬੰਦਿਆਂ ਨੇ ਬੁਰਸ਼ਾਗਰਦੀ ਦਿਖਾਈ ਗੁਰਦੁਆਰੇ ਚ ਕੁਰਸੀਆਂ ਭੰਨ ਦੇਣੀਆਂ ਸੈਟੀਆਂ ਨੂੰ ਅੱਗੇ ਲਾ ਦੇਣੀ ਹੈਗੀ ਔਰ ਇੱਥੋਂ ਤੱਕ ਇਹਨਾਂ ਲੋਕਾਂ ਨੂੰ ਇਨੀ ਸ਼ਰਮ ਨਹੀਂ ਆਈ ਇੱਕ ਜਿਹੜੀਆਂ ਬਜ਼ੁਰਗ ਔਰਤਾਂ ਦੀ ਇਹਨਾਂ ਬਾਅਦ ਚ ਵੀਡੀਓ ਮਿਕਸ ਕਰਕੇ ਬਣਾਈਆਂ ਤੇ ਇਹ ਇਹਨਾਂ ਦੀ ਸੋਚ ਦੇਖਣਾ ਜਿਹੜੀਆਂ ਉਹ ਗੁਰੂ ਸਾਹਿਬ ਤੇ ਔਰਤਾਂ ਦੀ ਹਮੇਸ਼ਾ ਇੱਜ਼ਤ ਕਰਕੇ ਗਏ ਰਿਸਪੈਕਟ ਕਰ ਗਏ ਨੇ ਬਾਬੇ ਨਾਨਕ ਤੇ ਇੱਥੋਂ ਤੱਕ ਕਿਹਾ ਸੀ ਸੋਕੋਮੰਦੀ ਆਖੀਏ ਜਿੱਤ ਜੰਮੇ ਰਜਾਨ ਤੁਸੀਂ ਆਪਣੀਆਂ ਦਾਦੀਆਂ ਦੀ ਉਮਰ ਦੇ ਨਾਲ ਤੁਸੀਂ ਉਹਨਾਂ ਨੂੰ ਜਲੀਲ ਕਰਦੇ ਨੇ ਨਕਲੀ ਵੀਡੀਓ ਬਣਾ ਕੇ ਠੀਕ ਹੈ ਇੱਕ ਪ੍ਰਿੰਸੀਪਲ ਦੀ ਡਾਂਸ ਵਾਲੀ ਵੀਡੀਓ ਜਿਹਦੀ ਆਪਾਂ ਵੀ ਇੰਟਰਵਿਊ ਕੀਤੀ ਸੀ ਤੇ ਇੱਕ ਡੀਜੀਪੀ ਦੀ ਵਾਈਫ ਉਹਦੀ ਵੀਡੀਓ ਨੂੰ ਛੇੜਖਾਨੀ ਕਰਕੇ ਤੁਸੀਂ ਇਹ 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 ਸਿੱਖੀ ਇਹ ਕਹਿੰਦੀ ਹੈਗੀ ਆ ਸ਼ਰਮ ਨਾਲ ਡੁੱਬ ਜਾਣਾ ਚਾਹੀਦਾ ਜਿਹੜੇ ਵੀ ਲੋਕਾਂ ਨੇ ਇਹ ਕੰਮ ਕੀਤਾ ਹੈ ਨਾ ਔਰ ਰਹੀ ਗੱਲ ਵਿਕੀਥੋਮਸ ਨੂੰ ਲੱਗਦਾ ਕਿ ਪਹਿਲਾਂ ਉੱਥੇ ਦਿੱਲੀ ਵਾਲੇ ਆਲੇ ਦੁਆਲੇ ਘੁੰਮ ਕੇ ਗਾਂਧੀ ਪ੍ਰਵਾਲ ਦੇ ਨਾਲ ਆਲੇ ਦੁਆਲੇ ਘੁੰਮ ਕੇ ਜੋ ਨੇ ਖੱਟਣਾ ਸੀ ਅਸਲ ਜene ਸਾਡੀ ਪੰਜਾਬੀਆਂ ਦੀ ਜਾਂ ਸਿੱਖਾਂ ਦੀ ਬਹੁਤ ਵੱਡੀ ਕਮਜ਼ੋਰੀ ਆ ਜੇ ਕੋਈ ਪੰਜਾਬੀ ਦੀ ਗੱਲ ਕਰਦਾ ਜੋ ਸਿੱਖੀ ਦੀ ਗੱਲ ਕਰਦਾ ਅਸੀਂ ਉਹਨੂੰ ਆਪਣੇ ਦਿਲ ਤੇ ਲਟਾ ਲੈਂਦੇ ਹੈਗੇ ਉਹ ਭਾਵੇਂ ਸੱਪ ਵਾਂਗੂ ਸਾਡੇ ਛਾਤੀ ਤੇ ਖੇੜੇ ਇਹ ਵਿਕੀਥੋਮਸ ਵੀ ਉਹੀ ਆ ਪਹਿਲਾਂ ਜੋ ਸ਼ੁਰੂਆਤੀ ਦੌਰ ਤੇ ਕੰਮ ਕੀਤਾਗਾ ਲੋਕਣ ਕਾ ਯਾਰ ਵਿਕੀ ਥੋਮਸ ਵਰਗਾ ਬੰਦਾ ਹੀ ਬੜਾਗਾ ਠੀਕ ਹੈ ਅਸੀਂ ਬੜੀ ਛੇਤੀ ਅੱਖਾਂ ਤੇ ਚੱਕ ਲਈਏ ਆਪਣੇ ਅੱਖਾਂ ਦੇ ਤਾਰੇ ਬਣਾ ਲੈਂਦੇ ਆ ਉਹ ਇਸ ਤੋਂ ਪਹਿਲਾਂ ਇੱਕੋ ਲੜਕੀ ਮਥਾਲੀ ਠਾਕਰ ਉਸ ਤੋਂ ਪਹਿਲਾਂ ਹਜ਼ਾਰਾਂ ਬਾਲੀਵੁੱਡ ਦੇ ਸਿੰਗਰਾਂ ਨੇ ਗੁਰੂ ਸਾਹਿਬ ਦੇ ਗਾਏ ਨੇ ਧਾਰਮਿਕ ਗੀਤ ਗਾਏ ਨੇ ਭਜਨ ਗਾਣੇ ਗੁਰਬਾਣੀ ਸਰਵਣ ਕੀਤੀ ਆ ਲੇਕਿਨ ਜਦੋਂ ਮਠਾਲੀ ਠਾਗ ਨੇ ਕੀਤਾ ਲੋਕਾਂ ਕੇ ਬੱਲੇ 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 ਨਾ ਅਸੀਂ ਬੜੀ ਛੇਤੀ ਅੱਖਾਂ ਦੇ ਤਾਰੇ ਬਣ ਬਰੇ ਸਾਰੀਆਂ ਚੀਜ਼ਾਂ ਕਮਰਸ਼ੀਅਲਾਈਜੇਸ਼ਨ ਵਿੱਕੀ ਥੋਮਸ ਵੀ ਇੱਕ ਬਰੂਪਿਆ ਕਹ ਲੋ ਜੇ ਇੱਕ ਉਹ ਕਮਰਸ਼ੀਅਲਾਈਜੇਸ਼ਨ ਮੈਨੂੰ ਲੱਗਦਾ ਉਹਦਾ ਪਾਰਟ ਆ ਔਰ ਤੁਸੀਂ ਜੇ ਜੇ ਅਮਰਤਪਾਲ ਸਿੰਘ ਹੋਣੀ ਜਾ ਕੇ ਗੁਰਦੁਆਰੇ ਚ ਸੈਟੀਆਂ ਨੂੰ ਅੱਗ ਪਾੜਦੇ ਰੇ ਕੁਰਸੀਆਂ ਤੋੜਦੇ ਰੇ ਇਹ ਜਾ ਕੇ ਉਹ ਖੰਡੇ ਖੰਡੇ ਕਹਿੰਦੇ ਬੱਸਾਂ ਚ ਖੰਡੇ ਤਾਰੋ ਪੋਸਟੇ ਤਾਰੋ ਅੱਜ ਹਸਪੀਟਲ ਦੇ ਵਿੱਚ ਚਲਾ ਗਿਆ ਨਾ ਤੁਸੀਂ ਹੁੰਦੇ ਕੌਣ ਹਸਪੀਟਲ ਜੇ ਤੁਹਾਨੂੰ ਕੋਈ ਸ਼ਿਕਾਇਤ ਆ ਤੁਸੀਂ ਉੱਥੋਂ ਦੇ ਕੰਸਰਨਡ ਅਫਸਰ ਦੇ ਨਾਲ ਤੁਸੀਂ ਉੱਥੇ ਗੁੰਡਾਗਰਦੀ ਕਰਦੇ ਹੋ ਔਰ ਸਿਵਲ ਹਸਪੀਟਲ ਦੇ ਵਿੱਚ ਵੈਸੇ ਹੀ ਪਾਬੰਦੀ ਆ ਤੁਸੀਂ ਜਾ ਕੇ ਉੱਥੇ ਮਰੀਜ਼ ਹੁੰਦੇ ਨੇ ਪੇਸ਼ੈਂਟ ਹੁੰਦੇ ਨੇ ਕੋਈ ਦਿਲ ਦਾ ਮਰੀਜ਼ ਹੁੰਦਾ ਨੇ ਕਈ ਵੈਸੇ ਕਮਜ਼ੋਰ ਦਿਲ ਹੁੰਦੇ ਤੁਸੀਂ ਜਾ ਕੇ ਉੱਥੇ ਬੁਰਸ਼ਾਗਰਦੀ ਕਰਦੇ ਹੋ ਤਾਂ ਫਿਰ ਪ੍ਰੋਬਲਮ ਆਉਂਦੀ ਆ ਸਵਾਲ ਹੈ ਕਿ ਵਿਕੀ ਥੋਮਸ ਉਹਨਾਂ ਨੇ ਜਿਹੜੇ ਆਪਣੇ ਪ੍ਰਾਣਾ ਉਹਦਾ ਸਾਈ ਭਾਈਚਾਰਾ ਉਹਦੇ 'ਚ ਕੀ ਕੁਝ ਹੁੰਦਾ ਠੀਕ ਹੈ ਕਦੀ ਬੋਲੇ ਇਥੇ ਇੱਕ ਜਲੰਧਰ ਦਾ ਇਸਾਈ ਵੱਡਾ ਪਾਦਰੀ ਸੀ ਉਤੇ ਰੇਪ ਦੇ ਚਾਰਜ ਲੱਗੇ ਕਦੀ ਵਿਕੀ ਤੋਂ ਹਮਸਾ ਬੋਲਿਆਗਾ ਸਿੱਖੀ ਦੇ ਵਿੱਚ ਇਹ ਚੀਜ਼ਾਂ ਨਹੀਂ ਸਿਖਾਈਆਂ ਜਿੰਨਾ ਲੇਕਿਨ ਸਿੱਖੀ ਦਾ ਇਹ ਗਲਤ ਮਤਲਬ ਕੱਢ ਰਹੇ ਤੇ ਨਜਾਇਜ਼ ਫਾਇਦਾ ਚੱਕਣ ਦੀ ਕੋਸ਼ਿਸ਼ ਕਰ ਰਹੇ ਨੇ ਜੀ ਇਸ ਤਰ੍ਹਾਂ ਦੇ ਜਿਹੜੇ ਚਿਹਰੇ ਸਾਹਮਣੇ ਇੱਕਦਮ ਪੈਦਾ ਹੋ ਜਾਂਦੇ ਆ ਲੋਕ ਸ਼ੱਕ ਦੀ ਨਜ਼ਰ ਨਾਲ ਜਿਹੜੇ ਵੇਖਦੇ ਆ ਕਹਿੰਦੇ ਆ ਕਿਤੇ ਨਾ ਕਿਤੇ ਏਜੰਸੀਆਂ ਦਾ ਕੰਮ ਹੈ ਬੰਦੇ ਕਿਸ ਨੇ ਤੋਰੇ ਆ ਪੁਸ਼ਟੀ ਭਾਵੇਂ ਬੇਸ਼ੱਕ ਨਾ ਹੋਵੇ ਬਹੁਤ ਲੰਮੇ ਸਮੇਂ ਤੱਕ ਪਰ ਇਸ ਨੂੰ ਫਿਰ ਵੀ ਸ਼ੱਕ ਦੀ ਨਜ਼ਰ ਨਾਲ ਵੇਖ ਕੇ ਹੁਣ ਇਹਦਾ ਹੱਲ ਕੀ ਹੈ ਫਿਰ ਮਸਲੇ ਦਾ ਜਦੋਂ ਇਸ ਤਰ੍ਹਾਂ ਦੇ ਸੰਦੀਪ ਜਦੋਂ ਤੇ ਇੱਕ ਬੰਦੇ ਦਾ ਮਿਸ਼ਨ 1 ਕੋਵੇ ਟਾਸਕੇ ਕੋਵੇ ਦੇ ਤੁਸੀਂ ਸ਼ੱਕ ਨਹੀਂ ਪ੍ਰਗਟ ਕਰਦੇ ਹੈਗੇ ਕਿ ਨਹੀਂ ਇਹ ਬੰਦਾ ਨਾ ਸੱਚੀ ਸੋਚ ਦੇ ਨਾਲ ਕੰਮ ਕਰਿਆ ਲੇਕਿਨ ਜਦੋਂ ਤੁਸੀਂ ਰੋਜ਼ ਆਪਣਾ ਤੌਰ ਤਰੀਕਾ ਬਦਲ ਲੈਂਦੇ ਹੋ ਤੁਸੀਂ ਤੁਹਾਡਾ ਢੰਗ ਤਰੀਕਾ ਤੁਹਾਡਾ ਸਲੀਕਾ ਜਦੋਂ ਸਵਾਲਾਂ ਦੇ ਘੇਰੇ ਵਿੱਚ ਆ ਜਾਂਦਾ ਫਿਰ ਤੁਸੀਂ ਬੇਰੂਪੀ ਹੋ ਤੇ ਇਹ ਮੈਨੂੰ ਲੱਗਦਾ ਵਿਕੀ ਥੋਮਸ ਹੋਣੀ ਇਹ ਵੀ ਆ ਕਿੱਥੋਂ ਚਲ ਗਿਆ ਪੰਜਾਬ ਦੀ ਤਰਸੀ ਉਹਨੂੰ ਲੱਭੀ ਪੰਜਾਬ ਦੀ ਤਰਸ ਦੀ ਜੱਗੇ ਥੋੜੇ ਬਖੇੜੇ ਪਾਏ ਜਾ ਰਹੇ ਨੇ ਅੱਗੇ ਥੋੜਾ ਇੱਕ ਦੂਜੇ ਨੂੰ ਡਰਾਉਣ ਦੀ ਧਮਕਾਉਂਦੀਆਂ ਗੱਲਾਂ ਹੋ ਰਹੀਆਂ ਤੇ ਵਿਕੀ ਥੋਮਸ ਨੇ ਅਗਰ ਗੱਲ ਕਰਨਾ ਵਾ ਤੇ ਸਿੱਖੀ ਦਾ ਪ੍ਰਚਾਰ ਕਰਨ ਜਾਓ ਜਾਓ ਨਾਰਥ-ਈਸਟ ਦੇ ਵਿੱਚ ਜਾਓ ਸਾਊਥ ਦੇ ਵਿੱਚ ਜਾਓ ਉੱਥੇ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ ਨਾ ਤੁਸੀਂ ਪੰਜਾਬ ਚ ਆ ਕੇ ਸਿੱਖੀ ਦਾ ਪ੍ਰਚਾਰ ਕੀ ਕਰੋਗੇ ਇੱਥੇ ਤਾਂ ਪਹਿਲਾਂ ਹੀ ਬਹੁਤ ਪ੍ਰਚਾਰ ਠੀਕ ਹੈ ਪਰ ਉਹ ਵਿਕੀ ਥੋਮਸ ਨੂੰ ਲੱਗਾ ਹੋਊਗਾ ਕਿ ਮੈਂ ਇੱਥੇ ਪੰਜਾਬ ਚ ਆਇਆ ਕੋਈ ਨਾ ਕੋਈ ਦਾ ਉਹਦਾ ਏਜੰਡਾ ਹੋਊਗਾ ਠੀਕ ਹੈ ਔਰ ਸਭ ਤੋਂ ਵੱਡੀ ਗੱਲ ਇਹ ਇਹਦੇ ਪਿੱਛੇ ਕੋਈ ਇਦਾਂ ਦੀਆਂ ਅ ਇੰਟਰਨੈਸ਼ਨਲ ਤਾਕਤਾਂ ਵੀ ਹੁੰਦੀਆਂ ਨੇ ਜਿਹੜੀਆਂ ਇਹੋ ਜਿਹੇ ਬੰਦਿਆਂ ਨੂੰ ਟਾਰਗੇਟ ਟਾਰਗੇਟ ਦੇ ਕੇ ਟਾਰਗੇਟ ਦੇ ਕੇ ਤੋੜ ਦਿੰਦੀਆਂ ਨੇ ਕੁਝ ਇੰਟਰਨੈਸ਼ਨਲ ਹੁੰਦੀਆਂ ਕੁਝ ਆਪਣੀਆਂ ਹੁੰਦੀਆਂ ਨੇ ਔਰ ਪੰਜਾਬ ਦੇ ਵਿੱਚ ਤੇ ਸਿੱਖਾਂ ਨੂੰ ਹਮੇਸ਼ਾ ਟਾਰਗੇਟ ਕੀਤਾ ਜਾ ਰਿਹਾ ਗਿਆ ਇਹਦੇ ਵਿੱਚ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਲੋਕ ਬੇਰੂਪੀ ਆਏ ਨੇ ਤੁਸੀਂ ਅਗਰ ਵਾਕੇ ਸਿੱਖੀ ਵਾਸਤੇ ਕੁਝ ਕਰਨਾ ਹੈਗਾ ਵਾ ਤੇ ਪਹਿਲਾਂ ਸਿੱਖੀ ਨੂੰ ਸਮਝਣਾ ਪਊਗਾ ਬਾਬੇ ਨਾਨਕ ਨੂੰ ਸਮਝਣਾ ਪਊਗਾ ਗੁਰੂ ਗੋਬਿੰਦ ਸਿੰਘ ਨੂੰ ਸਮਝਣਾ ਪਊਗਾ ਪਹਿਲਾਂ ਉਹਦੇ ਸਮਝ ਲਓ ਤੁਸੀਂ ਸਿਰ ਤੇ ਪੱਗ ਰੱਖ ਕੇ ਆਪਾਂ ਅੰਮ੍ਰਿਤ ਛੱਕ ਲਈਏ ਸਵੇਰੇ ਸ਼ਾਮ ਪੰਜ ਬਾਣੀਆਂ ਦਾ ਨਿਤਨੇਮ ਪਾਠ ਤੇ ਰਾਤ ਨੂੰ ਸੌਣ ਲੱਗਿਆਂ ਹੀ ਕੀਰਤਨ ਸੁਣ ਲੈ ਕਰਕੇ ਕਹਿ ਦਈਏ ਕਿ ਅਸੀਂ ਸਿੱਖ ਮਨ ਜੀ ਬਣ ਗਏ ਐਦਾਂ ਸਿੱਖੀ ਨਹੀਂ ਆਦੀ ਸਿੱਖੀ ਤਾਂ ਬੜੀ ਖੰਡਿਓ ਤਿੱਖੀ ਹੈਗੀ ਔਰ ਸਿੱਖ ਦੇ ਇੱਕ ਬਹੁਤ ਵੱਡਾ ਫਲਸਫਾ ਜਿਹਨੂੰ ਸਮਝਣਾ ਬਹੁਤ ਔਖਾ ਤੇ ਇਹ ਇਹ ਕੱਲ ਦੇ ਨਵੇਂ-ਨਵੇਂ ਹੁੰਦੇ ਨੇ ਵੀ ਅੱਜ ਕਰੋ ਤੇ 4 ਉੱਤੇ ਡਰਾਮੇ ਕਰੋ 5 ਉੱਤੇ ਕਰੋ 6 ਵਾ ਉੱਤੇ ਕਰੋ ਤੇ 7ਵੇਂ ਦੇ ਰਫੂ ਚੱਕਰ ਹੋ ਜਾ ਇਹ ਕੋਈ ਨਹੀਂ ਤਰਕ ਨਹੀਂ ਦਲੀਲ ਜਿੰਨਾ ਸਿੱਖ ਧਰਮ ਦੇ ਵਿੱਚ ਤਰਕ ਦੀ ਦਲੀਲ ਦੀ ਸਮਾਦ ਦੀ ਗੱਲ ਉਹ ਨਹੀਂ ਤੇ ਕਿਤੇ ਹੈ ਨਹੀਂ ਆ ਤੇ ਉਹ ਚੀਜ਼ਾਂ ਇਹ ਬਾਈਪਾਸ ਕਰ ਰਹੇ ਨੇ ਹੁਣ ਜਿਹੜੀਆਂ ਵੀਡੀਓ ਆ ਰਹੀਆਂ ਇਹਦੀਆਂ ਹਸਪੀਟਲ ਦੀਆਂ ਉਹ ਕਿਵੇਂ ਬੁਰਸ਼ਾਗਰਦੀ ਆ ਬੁਰਸ਼ਾਗਰਦੀ ਕਰ ਲੋ ਜਾਂ ਗੁੰਡਾਗਰਦੀ ਕਰ ਲੋ ਇਹ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ ਸਿੱਖ ਸਿਧਾਂਤਾਂ ਦੇ ਵਿੱਚ ਪਰਸਪੇ ਦੇ ਵਿੱਚ ਇਹਦੇ ਤੇ ਕੋਈ ਮਾਇਨੇ ਨਹੀਂ ਹੈ ਨਾ ਜੀ ਇੱਕ ਸਿਆਸਤਦਾਨ ਨਵਜੋਤ ਸਿੱਧੂ ਜੇਲ੍ਹ ਤੋਂ ਬਾਹਰ ਸੀ ਤਾਂ ਵੀ ਚਰਚਾ ਚ ਅੰਦਰ ਤਾਂ ਵੀ ਚਰਚਾ ਚ ਪੁਰਾਣੇ ਕਾਂਗਰਸੀ ਟਕਸਾਲੀ ਜਿਹੜੇ ਕਹਿੰਦੇ ਆਪਣੇ ਆਪ ਨੂੰ ਹੁਣ ਸਰਗਰਮੀਆਂ ਦਿਖਾਉਣ ਲੱਗੇ ਨੇ ਇਸ ਦੇ ਮਾਇਨੇ ਕੀ ਕੱਢੇ ਜਾਣ ਸੰਦੀਪ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਪੁਰਾਣੇ ਕਾਂਗਰਸੀ ਮਿਲ ਰਹੇ ਨੇ ਚਾਹੇ ਲਾਲ ਸਿੰਘ ਹੋਣੀ ਚਾਹੇ ਸ਼ਮਸ਼ੇਰ ਸਿੰਘ ਦੁੱਲੂ ਚਾਹੇ ਮਹਿੰਦਰ ਸਿੰਘ ਕੇਪੀ ਚਾਹੇ ਹੋਰ ਈਵਨ ਕਿ ਸੁਖਪਾਲ ਸਿੰਘ ਖੈਰਾ ਨਵਤੇਜ ਚੀਮਾ ਬਹੁਤ ਸਾਰੇ ਲੋਕ ਮਿਲੇ ਨੇ ਇੱਕਾ ਦੁੱਕਾ ਨਹੀਂ ਮਿਲੇ ਜਿਹਨਾਂ ਨੂੰ ਨਵਜੋਤ ਸਿੰਘ ਸਿੱਧੂ ਨਹੀਂ ਮਿਲਣਾ ਚਾਹੁੰਦਾ ਸੀ ਠੀਕ ਹੈ ਪਰ ਹੁਣ ਕਾਂਗਰਸੀਆਂ ਨੂੰ ਸਮਝ ਲੱਗ ਗਈ ਕਿ ਜੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਮੁਕਾਬਲਾ ਕਰਨਾ ਸਾਡੇ ਕੋਈ ਇੱਕੋ ਇੱਕ ਬੰਦਾ ਵਾ ਵਿਵਾਖ ਆ ਨਿੱਡਰ ਆ ਇਮਾਨਦਾਰ ਆ ਸੁੱਚਾ ਸੱਚਾ ਬੰਦਾ ਹੈਗਾ ਉਹ ਲੜ ਸਕਦਾ ਉਹ ਹੈਗਾ ਨਵਜੋਤ ਸਿੰਘ ਸਿੱਧੂ ਇਸ ਕਰਕੇ ਹੁਣ ਰੋਜ਼ ਜਗੇੜੇ ਵੱਜ ਰਹੇ ਨੇ ਕਿਉਂਕਿ ਕਾਂਗਰਸ ਨੂੰ ਲੱਗਦਾ ਕਿ ਅਗਲੀ ਜੇ ਲੜਾਈ ਲੜਨੀ ਹੈਗੀ ਤੇ ਨਵਜੋਤ ਸਿੰਘ ਸਿੱਧੂ ਤੋਂ ਬਿਨਾਂ ਨਹੀਂ ਲੜੀ ਜਾ ਸਕਦੀ ਹੈਗੀ ਕਿਉਂਕਿ ਬਾਕੀ ਜਿਹੜੇ ਕਾਂਗਰਸੀ ਆ ਪੰਜਾਬ ਦੇ ਜਿਹੜੇ ਉਹ ਡਰੇ ਹੋਏ ਨੇ ਦੇਖੋ ਮੰਨਣਾ ਪਊਗਾ ਭਗਵੰਤ ਮਾਨ ਹੋਣਾ ਨੂੰ ਕਿ ਉਹਨੇ ਡਰਾ ਕੇ ਰੱਖਤੇ ਕਾਂਗਰਸੀ ਉਹ ਡਰੇ ਨੇ ਜਿਨ੍ਹਾਂ ਨੇ ਪੰਜ ਸਾਲਾਂ ਦੇ ਵਿੱਚ ਕੋਈ ਨਾ ਕੋਈ ਕਾਲਾ ਕਾਰਨਾਮਾ ਕੀਤਾਗਾ ਜਿਹੜਾ ਜਿਨੇ ਕੁਛ ਕੀਤਾ ਨਹੀਂਗਾ ਉਹ ਬੰਦਾ ਨਹੀਂ ਡਰਦਾ ਇਹ ਤੇ ਬਹੁਤ ਸਾਰੇ ਏਦਾਂ ਦੇ ਕਾਂਗਰਸੀ ਆ ਜਿਹੜੇ ਮਾਣੋ ਬਿੱਲੀ ਬਣ ਕੇ ਬੈਠੇ ਆਗੇ ਨੇ ਕਿ ਜਦੋਂ ਮੌਕਾ ਆਊਗਾ ਉਦੋਂ ਦਾ ਲਾਵਾਂਗੇ ਨਾ ਪਰ ਹੁਣ ਕਿਉਂਕਿ ਏਦਾਂ ਦੀ ਗੱਲ ਬੰਨ ਨਹੀਂ ਨੀ ਹੈਗੀ ਖੁੱਡਾਂ 'ਚ ਵੜ ਕੇ ਤੇ ਗੱਲ ਬੰਨ ਨਹੀਂ ਨੀ ਹੈਗੀ ਠੀਕ ਹੈ ਤੇ ਉਹ ਹੁਣ 24 ਤੇ ਨੇੜੇ ਆ ਗਈ ਹੈ 24 ਦੀ ਤਿਆਰੀ ਕਰਨੀ ਪੈਣੀ ਠੀਕ ਹੈ ਤੇ ਉਹ ਕੌਣ ਕਰੂਗਾ ਨਵਜੋਤ ਸਿੰਘ ਸਿੱਧੂ ਕਰੂਗਾ ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਰਾਜਾ ਮਰਿੰਦਰ ਸਿੰਘ ਵੜਿੰਗ ਬੜੀ ਮਿਹਨਤ ਕਰ ਰਹੇ ਨੇ ਪਰ ਰਾਜਾ ਮਰਿੰਦਰ ਸਿੰਘ ਵੜਿੰਗ ਨੂੰ ਹੋਰ ਮਿਹਨਤ ਕਰਨੀ ਪਈ ਉਹਦੇ ਨਾਲ ਪਰਾਣੇ ਲੱਗੇ ਨਹੀਂ ਹੈਗੇ ਉਹਨੇ ਲਾਲ ਸਿੰਘ ਹੋਣੀ ਨਹੀਂ ਦੇਖੇ ਸ਼ਮਸ਼ੇਰ ਸਿੰਘ ਦੁੱਲੋਂ ਨਹੀਂ ਦੇਖੇ ਮਿੰਦਰ ਸਿੰਘ ਕੇਪੀ ਨਹੀਂ ਦੇਖੇ ਬਾਕੀ ਨਹੀਂ ਵੱਡੇ ਲੀਡਰ ਨਹੀਂ ਦੇਖੇ ਤੇ ਵੱਡੇ ਲੀਡਰ ਬੜੇ ਕਲਾਕਾਰ ਨੇ ਲਾਲ ਸਿੰਘ ਹੋਣੀ ਬੜੇ ਕਲਾਕਾਰ ਨੇ ਸ਼ਮਸ਼ੇਰ ਸਿੰਘ ਦੁੱਲੋਂ ਨੀ ਕਲਾਕਾਰ ਨੇ ਮਿੰਦਰ ਸਿੰਘ ਕੇਪੀ ਉਹ ਨਹੀਂ ਬੜੇ ਕਲਾਕਾਰ ਨੇ ਔਰ ਕੂਲ ਮਾਈਂਡ ਲੋਕ ਨੇ ਠੀਕ ਹੈ ਉਹਨਾਂ ਨੂੰ ਲੱਗਦਾ ਕਿ ਜੇ ਲੜਾਈ ਲੜਨੀ ਆ ਤੇ ਫਿਰ ਸਾਨੂੰ ਨਵਜੋਤ ਸਿੰਘ ਸਿੱਧੂ ਫੇਸ ਚਾਹੀਦਾ ਨਹੀਂ ਤਾਂ ਉਹਨਾਂ ਨੂੰ ਕੀ ਲੋੜ ਹੈ ਅਸਟੇਮ ਸਾਰੇ ਜਿਹੜੇ ਉਮਰ ਆ ਉਹ ਸਾਰੇ 80 ਦੇ ਆਸ 80 ਟੱਪ ਗਏ ਨੇ 80 ਦੇ ਨੇੜੇ ਤੇੜੇ ਆ ਉਹਨਾਂ ਨੂੰ ਕੀ ਲੱਗਦਾ ਪਰ ਉਹ ਲੋਕ ਨੇ ਜਿਹੜੇ ਲਾਲ ਸਿੰਘ ਹਣੀ ਅਕਸਰ ਸੁਣਿਆ ਹੋਊਗਾ ਸਾਰੇ ਨੇ ਕਿ ਉਹ ਜਿਹੜੇ ਦਰੀ ਬਿਛੌਣ ਤੋਂ ਲੈ ਕੇ ਦੇ ਸੂਬੇ ਦੇ ਪ੍ਰਧਾਨ ਵੀ ਬੜੇ ਕਾਂਗਰਸ ਪਾਰਟੀ ਦੇ ਤੇ ਮੰਤਰੀ ਵੀ ਬਣੇ ਠੀਕ ਹੈ ਉਹਨਾਂ ਨੂੰ ਉਹਨਾਂ ਨੂੰ ਦਰਦ ਆਗਾ ਤੇ ਉਹ ਹੁਣ ਲੱਗਦਾ ਕਿ ਪੰਜਾਬ ਦੇ ਵਿੱਚ ਵਾਰਿਸ ਕੌਣ ਹੋ ਸਕਦਾ ਜਾਂ ਸੁਖਜਿੰਦਰ ਸਿੰਘ ਰੰਦਾਵਾ ਵਾ ਜਾਂ ਇਹ ਨਵਜੋਤ ਸਿੰਘ ਸਿੱਧੂ ਜਾਂ ਰਾਜਾ ਮਰਿੰਦਰ ਸਿੰਘ ਵੜਿੰਗ ਇਹ ਤਿੰਨ ਹੀ ਹਨ ਰਵਨੀਤ ਬਿੱਟੂ ਹੈ ਰਵਨੀਤ ਬਿੱਟੂ ਦਾ ਹਜੇ ਤੱਕ ਉਹ ਕਰਦਾ ਉਹਦਾ ਹਮੇਸ਼ਾ ਫੋਕਸ ਹੈ ਰਵਨੀਤ ਬਿੱਟੂ ਦਾ ਇਹ ਉਹ Hindu ਸਾਇਕੀ ਨੂੰ ਲੈ ਕੇ ਚੱਲ ਰਿਹਾ ਉਹ Sikh ਸਾਇਕੀ ਨੂੰ ਲੈ ਕੇ ਚੱਲਦਾ ਨਹੀਂ ਕਿਉਂਕਿ ਉਹਨੂੰ ਪਤਾ ਕਿ ਜੇ ਪੰਜਾਬ ਨੂੰ ਹਿੰਦੂਆਂ ਦੀ ਗੱਲ ਕਰਨੀ ਤਾਂ ਹਿੰਦੂ ਵੋਟ ਪਾਉਣਗੇ ਉਹ ਰਵਨੀਤ ਬਿੱਟੂ ਉਸ ਕਿ ਦਾਰੇ ਦੇ ਵਿੱਚ ਘੁੰਮ ਰਿਹਾ ਰਵਨੀਤ ਬਿੱਟੂ ਉਹਨਾਂ ਨੂੰ ਤੇ ਪੰਜਾਬੀ ਦੀ ਵੀ ਉਹਨਾਂ ਨੇ ਭਗਵੰਤ ਮਾਨ ਨੇ ਪੰਜਾਬੀ ਚ ਪੋਸਟਰ ਨਵਰੀਤ ਬਿੱਟੂ ਉਹ ਵੀ ਤਕਰੀਬ ਹੋਈ ਹੈ ਨਾ ਪੰਜਾਬੀ ਨੂੰ ਇਹ ਤਕਲੀਫ ਨਹੀਂ ਹੋਣੀ ਚਾਹੀਦੀ ਕਿਸੇ ਬਗਾਨੇ ਨੂੰ ਤਕਲੀਫ ਹੋਣੀ ਚਾਹੀਦੀ ਹੈਗੀ ਆ ਠੀਕ ਹੈ ਰਵਨੀਤ ਬਿੱਟੋ ਨਹੀਂ ਜਾ ਕੇ ਮਹਾਰਾਸ਼ਟਰ ਦੇ ਵਿੱਚ ਗੱਲ ਕਰ ਉਹ ਸਾਰੇ ਮਰਾਠੀ ਦੇ ਵਿੱਚ ਦੁਕਾਨਾ ਅਸਾਮ ਚ ਜਾਣ ਬੰਗਾਲ ਚ ਜਾਣ ਗੁਜਰਾਤ ਚ ਜਾਣ ਠੀਕ ਹੈ ਉਹ ਉਹ ਉਹਨੂੰ ਓਨੀ ਕਿ ਜਦੋਂ ਓਨੀ ਕਿ ਸੋਚਦੇ ਮਾਲਕਤ ਫਿਰ ਨਵਜੋਤ ਸਿੱਧੂ ਚਿਹਰਾ ਦਿਖ ਰਿਹਾ ਨਾ ਕਿ ਅਗਲਾ ਕਾਂਗਰਸ ਪਾਰਟੀ ਦਾ ਚਿਹਰਾ ਕਿਹੜਾ ਹੋਸਾ ਅਗਲੀ ਉਸ ਚਿਹਰੇ ਦੇ ਅਗਵਾਈ ਹੇਠ ਲੜੀ ਜਾ ਸਕਦੀ ਚੋਣ ਔਰ ਸਾਰਿਆਂ ਨੂੰ ਪਤਾ ਹੈਗਾ ਕਿ ਉਹਨੇ ਕੋਈ ਕਾਰਵਾਈ ਤੇ ਕੀਤੀ ਨਹੀਂ ਜਿਹੜੀ ਦੋ ਨੰਬਰ ਕਮਾਈ ਤੇ ਕੀਤੀ ਨਹੀਂ ਨਹੀਂ ਤੇ ਕੈਪਟਨ ਅਮਰਿੰਦਰ ਸਿੰਘ ਨੇ ਢੀ ਚੋਟੀ ਦਾ ਜੋਰ ਲਾ ਲਿਆ ਉਹਦੇ ਕਾਗਜ ਫਰੋਲੇ ਵਿਜੀਲੈਂਸ ਉਹਦੇ ਦਫਤਰਾਂ ਦੇ ਵਿੱਚ ਗਈ ਕੁਝ ਨਹੀਂ ਮਿਲਿਆ ਉਹ ਭਾਜਪਾ ਦਾ ਚਾਹੁੰਦੇ ਸੀ ਕਿ ਸਾਡੇ ਨਾਲ ਇਲੈਕਸ਼ਨ ਲੜ ਲੈ ਉਹਨੇ ਨਹੀਂ ਲੜੀ ਕਹਿੰਦਾ ਮੈਂ ਪੰਜਾਬ ਵਾਸਤੇ ਕੰਮ ਕਰਨਾ ਕਾਲੀ ਦਲ ਨੇ ਬੜਾ ਜੋਰ ਲਾ ਲਿਆ ਕੁਝ ਨਹੀਂ ਲੱਭਾ ਤਾਂ ਫਿਰ ਭਗਵੰਤ ਮਾਨ ਹੋਣਾ ਨੇ ਕੀ ਕਰ ਲੈਣਗੇ ਉਨਾਂ ਨੇ ਪਰੋਲ ਲਿਆ ਵਿਜੀਲੈਂਸ ਜੋ ਹੀ ਆ ਜਿਨ੍ਹਾਂ ਨੇ ਫਾਈਲਾਂ ਦੇ ਵਰਿੰਦਰ ਕੁਮਾਰ ਕੋ ਪਈਆਂ ਹੋਣਗੀਆਂ ਜਦੋਂ ਜਦੋਂ ਪਿਛਲੇ ਜਿਹੜੇ ਵਿਜੀਲੈਂਸ ਸੀ ਬੀਕੇ ਉੱਪਰ ਸੀ ਉਹਨਾਂ ਨੂੰ ਕੋਈ ਛਲੱਬਣੇ ਹੁਣ ਜੇ ਕੋਈ ਬਾਕੀ ਜੇ ਬੋਲਦਾ ਉਹਨੂੰ ਉਹ ਫੜਿਆ ਜਾਊਗਾ ਉਹਨੇ ਦੇ ਛਾਪੇ ਪੈ ਉਹਨੂੰ ਤਾਂ ਵਿਜੀਲੈਂਸ ਤਲਬ ਕਰ ਲੂਗੀ ਰਿਕਾਰਡ ਲੈ ਕੇ ਤੇਰੀ ਇਨਕਮ ਕਿੱਥੋਂ ਵਧੀ ਹੈਗੀ ਆ ਇਸ ਕਰਕੇ ਸਾਰੇ ਕਾਂਗਰਸ ਨੂੰ ਲੱਗਦਾ ਹੈ ਕਿ ਜੇ 24 ਲੜਨੀ ਆ ਜੇ ਜਿੱਤਣੀ ਆ 13 ਚੋਂ ਚੰਗੀਆਂ ਸੀਟਾਂ ਲੈ ਕੇ ਜਾਣਾ ਨਵਜੋਤ ਸਿੱਧੂ ਬੇੜਾ ਲਾਸ ਪਾਰ ਕਰ ਸਕਦਾ ਫਿਰ ਅੱਗੇ 27 ਇਸ ਕਰਕੇ ਸਾਰੇ ਹੁਣ ਪਟਿਆਲੇ ਦੇ ਢੇਡੇ ਮਾਰ ਰਹੇ ਆ ਕਿ ਉਹ ਜੇਲ੍ਹ ਚ ਚਰਚਾ ਹੈ ਨਾ ਕਿ 26 ਜਨਵਰੀ ਨੂੰ ਉਹ ਬਾਹਰ ਆ ਸਕਦੇ ਨੇ ਸਰ ਠੀਕ ਹੈ ਕਿਉਂਕਿ ਉਹ ਜਿਹੜੇ ਸੂਚੀ ਗਈ ਆ ਪੰਜਾਬ ਸਰਕਾਰ ਕੋਲ ਪੰਜਾਬ ਦੇ ਤਮਾਮ ਜਿੰਨੇ ਜੇਲ੍ਹ ਸੁਪਰਡੈਂਟ ਆ ਉਹਦੇ ਚ ਉਹਦਾ 51 ਨੰਬਰ ਹੈ ਕਿ ਜੇ ਉਹ ਆਉਂਦੇ ਨੇ ਤੇ ਇਸ ਕਰਕੇ ਉਹ ਇਸ ਕਰਕੇ ਹੁਣ ਸਾਰੇ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਆਲੇ ਦੁਆਲੇ ਘੁੰਮ ਰਹੇ ਨੇ ਕਿ ਇਸ ਕਰਕੇ ਪੂਰੇ ਢੇਡੇ ਲਾ ਰਹੇ ਨੇ ਔਰ ਜਿੱਥੋਂ ਤੱਕ ਇਹ ਸਟੇਟਮੈਂਟ ਆਈ ਹੀ ਰਾਜਾ ਮਰਿੰਦਰ ਸਿੰਘ ਵੜਿੰਗ ਹੋਣਾ ਦੀ ਇੱਕ ਪ੍ਰਧਾਨ ਔਰ ਪ੍ਰਧਾਨ ਦਾ ਜਿਹੜਾ ਜਿਗਰਾ ਉਹ ਵੱਡਾ ਹੋਣਾ ਚਾਹੀਦਾ ਪਰ ਉਹ ਅੱਜ ਵੀ ਜਿਹੜੀ ਇਹਨਾਂ ਦੀ ਸੂਈ ਆ ਰਾਜਾ ਮਰਿੰਦਰ ਸਿੰਘ ਵੜਿੰਗੋ ਦਾ ਦੀ ਨਵਜੋਤ ਸਿੰਘ ਸਿੱਧੂ ਤੇ اٹਕੀ ਆ ਸੁਨੀਲ ਜਾਖੜ ਤੇ اٹਕੀ ਆ ਇੱਕ ਅੱਡੇ ਤੇ ਹੋਰ ਰਟਕੀ ਆ ਗਈ ਆ ਜਦੋਂ ਪ੍ਰਧਾਨ ਦੀ ਸੂਈ ਇੱਕ ਬੰਦੇ ਤੇ ਅਟਕ ਜੇ ਤੇ ਫਿਰ ਤੁਸੀਂ ਅੱਗੇ ਨਹੀਂ ਵਧਦੇ ਪ੍ਰਧਾਨ ਸਾਹਿਬ ਦੀ ਤੇ ਇੱਕ ਸਟੇਟਮੈਂਟ ਇਹ ਵੀ ਆ ਗਈ ਹੈ ਰਾਜਾ ਵੜਿੰਗ ਸਟੇਜ ਤੋਂ ਸ਼ਰੇਆਮ ਕਹਿੰਦੇ ਕਹਿੰਦੇ ਮੈਂ ਦੱਸੂਗਾ ਹੁਣ ਐਮਐਲਏ ਕੌਣ ਬਣੇਗਾ ਪੰਜਾਬ ਦੇ ਵਿੱਚ ਕਾਂਗਰਸ ਨੂੰ ਨੁਮਾਇੰਦਾ ਕਿਹੜਾ ਦੇਣਾ ਨਵੇਂ ਮੁੰਡੇ ਮੈਂ ਚੁਣਨੇ ਆ 2027 ਦਾ ਨਿਸ਼ਾਨਾ ਵਿੱਢੀ ਬੈਠੇ ਆ ਨਾਲੇ ਕਹਿੰਦੇ ਕਾਂਗਰਸ ਨੂੰ ਠੇਕੇ ਤੇ ਦੇ ਦਿੱਤਾ ਕਈਆਂ ਕਾਂਗਰਸੀਆਂ ਨੇ ਲੱਗਿਆ ਤੇ ਮੈਂ ਠੇਕੇ ਛਡਾਉਣੇ ਆ ਹੁਣ ਦੇਖੋ ਇਹ ਦੇ ਕਾਂਗਰਸ ਪਾਰਟੀ ਆ ਕਾਂਗਰਸ ਪਾਰਟੀ ਦਾ ਜਿਹੜਾ ਸਵਾਲ ਆ ਇਹ ਤੇ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਦੀ ਇੰਨੀ ਕਦੀ ਚੱਲੀ ਨਹੀਂ ਜਿੰਨੀ ਰਾਜਾ ਅਮਰਿੰਦਰ ਸਿੰਘ ਵੜਿੰਗ ਹੋਣੀ ਕਲੇਮ ਕਰਗੇ ਨੇ ਇੱਥੇ ਦੇ ਦਿੱਲੀ ਆਉਂਦੇ ਆਉਂਦੇ ਬੰਦਾ ਜੇ ਰਾਜਪੁਰੇ ਨਹੀਂ ਉਤਰਦਾ ਹੈਗਾ ਤੇ ਉਹਦੀ ਟਿਕਟ ਕੱਟੀ ਜਾਂਦੀ ਹੈਗੀਆ ਇਹਦੇ ਦੇ ਕੋਈ ਸੱਚਾਈ ਹੈ ਰਾਜਾ ਅਮਰਿੰਦਰ ਸਿੰਘ ਵੜਿੰਗ ਨੂੰ ਵੀ ਪਤਾ ਕਿ ਹਾਈ ਕਮਾਂਡ ਹੀ ਫੈਸਲਾ ਕਰਦੀ ਹੈ ਇੱਥੇ ਕੈਪਟਨ ਅਮਰਿੰਦਰ ਸਿੰਘ ਨੇ ਅੱਡੀ ਚੋਟੀ ਦਾ ਜ਼ੋਰ ਲਾ ਲਿਆ ਸੀ ਕਰਨਕੌਰ ਬਰਾੜ ਦੀ ਟਿਕਟ ਨੂੰ ਲੈ ਕੇ ਕਾਕਾ ਰਣਦੀਪ ਸਿੰਘ ਨਾਬਾ ਦੀ ਟਿਕਟ ਨੂੰ ਲੈ ਕੇ ਅਸਮਨੀ ਸੇਖੜੀ ਦੀ ਟਿਕਟ ਨੂੰ ਲੈ ਕੇ ਠੀਕ ਹੈ ਵੀ ਨਹੀਂ ਮਿਲਣੀ ਚਾਹੀਦੀ ਉਹ ਤਿੰਨੇ ਜਾ ਕੇ ਲੈ ਆਏ ਸੀ ਨਾ ਇਹਦੇ ਗੱਲਾਂ ਕਰਨ ਵਾਲੀਆਂ ਕੌਂਗ ਹਾਈ ਕਮਾਂਡ ਹਾਈ ਕਮਾਂਡ ਠੀਕ ਹੈ ਜੀ ਚਾਹੇ ਭਾਜਪਾ ਦੀ ਹਾਈ ਕਮਾਂਡ ਚਾਹੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਚਾਹੇ ਹੁਣ ਵੀ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਹਾਈ ਕਮਾਂਡ ਡਿਸਾਈਡ ਕਰੂਗੀ ਕਿ ਇਸ ਬੰਦੇ ਨੂੰ ਟਿਕਟ ਮਿਲੀ ਮਿਲਣੀ ਹੈ ਇਹ ਹੈ ਕਿ ਇਹ ਇੱਕ ਫਾਰਮੈਲਟੀ ਹੁੰਦੀ ਹੈ ਕਿ ਇੱਕ ਨਾਮ ਲਿਖ ਕੇ ਭੇਜ ਦਿੰਦੇ ਹਗੇ ਨੇ ਠੀਕ ਹੈ ਉਹ ਉਹ ਫੈਸਲਾ ਤੇ ਹਾਈ ਕਮਾਂਡ ਨੇ ਕਰਨਾ ਪਰ ਇਹ ਠੀਕ ਹੈ ਕਿ ਉਹ ਇੱਕ ਧੜਾ ਬਣਾਉਣ ਦੀ ਕੋਸ਼ਿਸ਼ ਕਰਨੇ ਰਾਜਾ ਮਰਿੰਦਰ ਸਿੰਘ ਵੜਿੰਗ ਕੋਈ ਸ਼ੱਕ ਨਹੀਂ ਇਹਨਾਂ ਚੰਗਾ ਕੰਮ ਕੀਤਾ ਲੋਕਾਂ ਚ ਵਿਚਰੇ ਆ ਨੇ ਲੜਾਈ ਲੜ ਰਹੇ ਆ ਪਰ ਕਾਂਗਰਸੀ ਜਿਹੜੇ ਅਸਲੀ ਕਾਂਗਰਸੀ ਨਾ ਵੈਸੇ ਤੇ ਰਾਜਾ ਮਰਿੰਦਰ ਸਿੰਘ ਵੀ ਅਸਲੀ ਕਾਂਗਰਸੀ ਆ ਜਿਹੜੇ ਤਜਰਬੇਕਾਰ ਕਾਂਗਰਸੀ ਹੈਗੇ ਚਾਹੇ ਉਹਦੇ ਚ ਸ਼ਮਸ਼ੀਰ ਸਿੰਘ ਦੁੱਲੂ ਜਾਂ ਲਾਲ ਸਿੰਘ ਜਾਂ ਜਾਂ ਬਾਕੀ ਉਹ ਕਹਿੰਦੇ ਕਿ ਪਾਰਟੀ ਵੀ ਨਾਲ ਚੱਲੇ ਲੇਕਿਨ ਲੜਾਈ ਭਗਵੰਤ ਮਾਨ ਦੇ ਨਾਲ ਆ ਲੜਾਈ ਅਰਵਿੰਦ ਕੇਜਰੀਵਾਲ ਦੇ ਨਾਲ ਆ ਲੜਾਈ ਪੰਜਾਬ ਸਰਕਾਰ ਦੇ ਨਾਲ ਆ ਤੇ ਉਹ ਮੁਕਾਬਲਾ ਕੌਣ ਕਰੂਗਾ ਉਹ ਰਾਜਾ ਮਰਿੰਦਰ ਸਿੰਘ ਵੜਿੰਗ ਕਰੂਗਾ ਜਾਂ ਰਵਨੀਤ ਬਿੱਟੂ ਕਰੂਗਾ ਜਾਂ ਫਿਰ ਨਵਜੋਤ ਸਿੰਘ ਸਿੱਧੂ ਤੇ ਅਜਿਹੀ ਤਰੀਕ ਚ ਉਹਨਾਂ ਲੋਕਾਂ ਨੂੰ ਲੱਗਦਾ ਹੈ ਕਿ ਲੜਾਈ ਅਗਰ ਭਗਵੰਤ ਮਾਨ ਦੇ ਨਾਲ ਲੜਨੀ ਆ ਕੇਜਰੀਵਾਲ ਨਾਲ ਲੜਨੀ ਆ ਜਾਂ ਆਮ ਆਦੀ ਪਾਰਟੀ ਦੀ ਸਰਕਾਰ ਨਾਲ ਲੜਾਈ ਲੜਨੀ ਆ ਉਹ ਇੱਕੋ ਚਿਹਰਾ ਵਾ ਉਹ ਨਵਜੋਤ ਸਿੰਘ ਸਿੱਧੂ ਜੀ ਬਹੁਤ ਸ਼ੁਕਰੀਆ ਧੰਨਵਾਦ ਅੱਜ ਦੀ ਇਸ ਚਰਚਾ ਵਿੱਚ ਅਸੀਂ ਗੱਲਬਾਤ ਕੀਤੀ ਹੈ ਤੁਹਾਡਾ ਕੀ ਫੀਡਬੈਕ ਹੈ ਤੁਸੀਂ ਵੀ ਕਮੈਂਟ ਬਾਕਸ ਦੇ ਜ਼ਰੀਏ ਸਾਂਝਾ ਕਰ ਸਕਦੇ ਹੋ ਫਿਲਹਾਲ ਅੱਜ ਦੀ ਇਸ ਮੁਲਾਕਾਤ ਵਿੱਚ ਇੰਨਾ ਹੀ ਸਾਨੂੰ ਦੁਆਗਿਆ ਧੰਨਵਾਦ